Vai. ਸਤਿਗੁਰ ਵਚਨ ਕਮਾਈ ਜਿਨ ਜੀਤੇ ਪੰਜ ਵਿਕਾਰ ਇਨ ਸੰਤਨ ਕੋ ਵੰਦਨਾ ਇਨ ਸੰਤਨ ਕੋ ਵੰਦਨਾ ਸਿਰ ਚਰਨਨ ਪਰ ਧਾਰ
ਆਸਰਾ ਮੇਰੀ ਜਿੰਦੜੀ ਨਵਾਣੀ ਨੂੰ ਆਸਰਾ ਮੈਨੂੰ ਤੇਰੇ ਚਰਨਾਂ ਦਾ ਆਸਰਾ ਜੀ ਤੇਰੇ ਚਰਨਾਂ ਦਾ ਆਸਰਾ ਜੀ ਆਸਰਾ ਜੀ ਤੇਰੇ ਚਰਨਾਂ ਦਾ ਆਸਰਾ ਜੀ ਤੇਰੇ ਚਰਨਾਂ ਦਾ ਆਸਰਾ ਜੀ ਬੋਲਿਆ ਕਰੋ ਭਾਈ ਸਾਰੇ ਤੇਰੇ ਚਰਨਾਂ ਨੂੰ ਗਰੀਬ ਨੂੰ ਆਸਰਾ ਮੇਰੀ ਜਿੰਦੜੀ ਨਵਾਣੀ ਨੂੰ ਆਸਰਾ ਜਿੰਦੜੀ ਸਤਿਗੁਰ ਆਯੂ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰਿ ਸੋਭਾ ਚਿੰਤਾ ਲਾਈ ਹਮਾਰੀ ਅਵਰਨ
ਨਾ ਸੁਜੈ ਦੂਜੀ ਠਹਿਰ ਹਰ ਬਰਿਓ ਤੋਂ ਗਾਰੀ ਲਿਖਾ ਗੁੜੇ ਲਿਖੈ ਟੁੱਟੇ ਹਮ ਨਿਰਗੁਣ ਨਿਰਗੁਮਾਰੀ ਸਤਿਗੁਰ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਨਾਨਕ ਦਾ ਸੰਤ ਪਾਛੈ ਪਰਿਓ ਮੇਰੇ ਆਸਰੇ ਮੇਰਾ ਵਿਹੜਾ ਹੈ ਗਰੀਬ ਦਾ ਆਸਰੇ ਮੇਰਾ ਵਿਹੜਾ ਹੈ ਗਰੀਬ ਦਾ ਆਸਰੇ ਵਿਹੜਾ ਗਰੀਬ ਦਾ ਤੇਰੇ ਆਸਰੇ ਵਿਹੜਾ ਹੈ ਗਰੀਬ ਦਾ ਹੈ ਗਰੀਬ ਦਾ ਤੇਰੇ ਆਸਰੇ ਮੇਰਾ ਹੈ ਗਰੀਬ ਦਾ ਆਸਰੇ ਮੇਰਾ ਹੈ ਗਰੀਬ ਲਿਆ ਗੁਰੂ ਲਾਹਾ ਸਾਰੇ ਆਸਰੇ ਮੇਰਾ ਹੈ ਗਰੀਬ ਦਾ ਵਿਹੜਾ ਹੈ ਗਰੀਬ ਦਾ ਵਿਹੜਾ ਹੈ ਗਰੀਬ ਦਾ ਵਿਹੜਾ ਹੈ ਗਰੀਬ ਦਾ ਵਿਹੜਾ ਹੈ ਗਰੀਬ ਦਾ ਬੋਲੋ ਭੈਣੋ ਬੇੜਾ ਹੈ ਗਰੀਬ ਦਾ ਹਾਂ ਬੇੜਾ ਹੈ ਗਰੀਬ ਦਾ ਬੇੜਾ ਹੈ ਗਰੀਬ ਦਾ ਬੇੜਾ ਹੈ ਗਰੀਬ ਦਾ ਬੇੜਾ ਹੈ ਗਰੀਬ ਦਾ ਗਰੀਬ ਦਾ ਬੇੜਾ ਜੀ ਗਰੀਬ ਦਾ
ਅੱਜ ਦੇ ਬੇੜਾ ਹੈ ਗਰੀਬ ਦਾ ਮੇਰੇ ਆਸਰੇ ਬੇੜਾ ਹੈ ਗਰੀਬ ਦਾ ਕਮਲ ਕੀ ਮੌਜ ਕੋ ਕੈਸੇ ਉਨਵਾ ਕੋ ਸੁਭਾ ਨਹੀਂ। ਪਰਮ ਸਨਮਾਨ ਯੋਗ ਸਤਿਗੁਰੂ ਸਾਹਿਬ ਜੀ ਦੀ ਸਾਜੀਅਤ 'ਤੇ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਬਹੁਤ ਹੀ ਮਹਾਨ ਗੁਰਮਤਿ ਸਮਾਗਮ ਦੇ ਵਿੱਚ ਜਿਤਨੇ ਵੀ ਮਾਈ ਭਾਈ ਸਜੇ ਹੋ ਸਾਰੇ ਹੀ ਪ੍ਰੇਮ ਦੇ ਵਿੱਚ ਨੇਤਰ ਮੰਦ ਕਰਕੇ ਹੱਥ ਜੋੜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਹੁਤ ਵੱਡੀ ਕਿਰਪਾ ਹੈ ਜਿਸ ਕਿਰਪਾ ਦੇ ਸਦਕਾ ਆਪਾਂ ਸਾਰੇ ਹੀ ਅਸੀਂ ਤੁਸੀਂ ਰਲ ਮਿਲ ਕੇ ਇਸ ਕਲਯੁੱਗ ਦੇ ਭਿਆਨਕ ਸਮੇਂ ਨੂੰ ਇੱਕ ਪਾਸੇ ਰੱਖਦੇ ਹਾਂ, ਇੱਕ ਬੰਨੇ ਰੱਖਦੇ ਹਾਂ। ਕਲਯੁੱਗ ਦੇ ਸਮੇਂ ਦੇ ਬੇਪਰਵਾਹ ਹੁੰਦੇ ਹੋਏ ਗੁਰੂ ਕੀਆਂ ਸਾਖੀਆਂ, ਗੁਰੂ ਕੀਆਂ ਬਾਣੀਆਂ ਕਹਾਣੀਆਂ ਸੁਣਨ ਵਾਸਤੇ ਆਪਾਂ ਪਹੁੰਚੇ ਹਾਂ। ਪੂਰਨ ਮਹਾਂਪੁਰਸ਼ ਜਿਨ੍ਹਾਂ ਦੀ ਕਮਾਈ ਨੂੰ ਸਜਦਾ ਹੈ, ਨਮਸਕਾਰ ਹੈ, ਜਿਹੜੇ ਆਪਦਾ ਦਾ ਸਮਾਂ ਕੱਢਦੀ ਕੱਢਦੇ ਨੇ, ਆਪ ਦਾ ਸਵਾਸ ਸਵਾਸ ਕਰਕੇ ਜਪ ਰਹੇ ਨੇ ਅਤੇ ਸਾਡੇ 'ਤੇ ਵੀ ਕਿਰਪਾ ਹੋ ਰਹੀ ਹੈ। ਆਓ ਮਹਾਰਾਜ ਜੀ ਬਾਣੀ ਵਿੱਚ ਕਹਿੰਦੇ ਨੇ, ਕਲਮੇ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁੱਗ ਦੇ ਵਿੱਚ ਵੱਡਾ ਪੁੰਨ ਹੈ ਜਿਹੜੇ ਗੁਰਮੁਖ ਪਿਆਰੇ ਗੁਣ ਗਾਉਂਦੇ ਨੇ, ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਪੜ੍ਹਦੇ ਨੇ। ਮਹਾਂਪੁਰਖਾਂ ਦੀ ਪ੍ਰੇਰਨਾ, ਮਹਾਂਪੁਰਖਾਂ ਦਾ ਉਪਰਾਲਾ ਅਤੇ ਲਾਹਾ ਆਪਾਂ ਨੇ ਲੈਣਾ।
ਮਹਾਰਾਜ ਕਹਿੰਦੇ ਲਾਹਾ ਲੈਣ ਵਾਲੇ ਨੂੰ ਬਹੁਤ ਵੱਡੀ ਉਪਾਧੀ ਦੇ ਦਿੱਤੀ, ਬਹੁਤ ਵੱਡਾ ਰੁਤਬਾ ਦੇ ਦਿੱਤਾ। ਮਹਾਰਾਜ ਕਹਿੰਦੇ ਗੁਰਮੁਖ ਲਾਹਾ ਲੈ ਗਏ। ਗੁਰਮੁਖ ਜਿੰਨੇ ਤੁਸੀਂ ਬੈਠੇ ਹੋ, ਰਸਨਾ ਕਰਕੇ ਵੀ ਅਤੇ ਮਨ ਕਰਕੇ ਵੀ, ਦੋਵਾਂ ਦਾ ਮੇਲ ਮਿਲਾ ਕੇ ਜਦ ਆਪਾਂ ਜਪਦੇ ਹਾਂ, ਤਨ ਦਾ ਵੀ ਅਤੇ ਮਨ ਦਾ ਵੀ ਮੇਲ ਮਿਲ ਜਾਂਦਾ, ਜੋੜ ਹੋ ਜਾਂਦਾ, ਦੋਹਾਂ ਦੇ ਜੋੜ ਦੇ ਨਾਲ ਜਦੋਂ ਕਿਤੇ ਭਗਤੀ ਕਰਦੇ ਹਾਂ, ਮਹਾਂਪੁਰਖਾਂ ਤੋਂ ਪ੍ਰੇਰਨਾ ਲੈ ਕੇ ਸਤਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ ਗੁਰਮੁਖੋ, ਫਿਰ ਮਹਾਰਾਜ ਕਿਰਪਾ ਕਰਦੇ ਨੇ। ਕਲਯੁੱਗ ਦੇ ਵਿੱਚ ਵੱਡਾ ਪੁੰਨ ਲਿਖ ਦਿੱਤਾ, ਬਹੁਤ ਵੱਡਾ ਪੁੰਨ ਹੈ। ਪੁੰਨ ਬੜੇ ਤਰ੍ਹਾਂ ਦੇ ਲਿਖੇ ਨੇ ਵਿਦਵਾਨਾਂ ਨੇ, ਪਰ ਸਭ ਤੋਂ ਉੱਤਮ ਪੁੰਨ ਕਿਹੜਾ ਹੈ? ਉਹ ਗੁਰਬਾਣੀ ਹੈ, ਮਹਾਂਪੁਰਖਾਂ ਦੇ ਦਰਸ਼ਨ ਹਨ, ਮਹਾਂਪੁਰਸ਼ਾਂ ਦੀ ਮਹਿਮਾ ਹੈ। ਕਿਉਂਕਿ ਮਹਾਂਪੁਰਖ ਉਹਨੂੰ ਜਪਦੇ ਜਪਦੇ, ਸਿਮਰਦੇ ਸਿਮਰਦੇ ਇੱਕ ਦਿਨ ਅਕਾਲ ਪੁਰਖ ਦੀ ਗੋਦ ਵਿੱਚ ਬਹਿ ਜਾਂਦੇ ਨੇ। ਜਿਨ੍ਹਾਂ ਨਾਲ ਵਿਸਰੇ ਨਾਮ ਛੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ, ਕਹਿੰਦੇ ਫਿਰ ਉਹਨੂੰ ਜਪਦੇ ਜਪਦੇ ਇੱਕ ਦਿਨ ਸਾਈਂ ਉਹ ਬਣ ਜਾਂਦੇ ਨੇ, ਪਰਮੇਸ਼ਰ ਹੀ ਬਣ ਜਾਂਦੇ ਨੇ। ਪਰ ਜਦੋਂ ਪਰਮੇਸ਼ਰ ਬਣ ਗਏ, ਸੁਖਨੀ ਸਾਹਿਬ ਦੀ ਬਾਣੀ ਦੇ ਵਿੱਚ ਆਪਾਂ ਗਿਆਨੀ ਜੀ ਹੋਰਾਂ ਤੋਂ, ਇੱਥੇ ਦੇ ਹਜ਼ੂਰੀ ਜਥੇ ਜੀ ਵੱਲੋਂ ਉਪਦੇਸ਼ ਦਿੱਤਾ ਜਾ ਰਿਹਾ ਸੀ, ਬਾਬਾ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਹੋਰਾਂ ਵੱਲੋਂ ਮਹਾਂਪੁਰਖਾਂ ਦਾ, ਜਿਨ੍ਹਾਂ ਦੇ ਸਿਰ 'ਤੇ ਬਹੁਤ ਵੱਡਾ ਹੱਥ ਹੈ ਸਾਰੇ ਜਥੇ 'ਤੇ। ਆਪ ਆਪਣੀ ਅਸ਼ੀਰਵਾਦ ਦੇ ਕੇ ਮਹਾਂਪੁਰਖ ਚ ਪਾ ਸਕਦੇ ਨੇ। ਕਲਯੁੱਗ ਦੇ ਵਿੱਚ ਦਾ ਕਿਹਦਾ ਚਿੱਤ ਕਰਦਾ ਹੈ? ਇੰਨਾ ਤੁਸੀਂ ਇਕੱਠ ਕਰੀ ਬੈਠੇ ਹੋ, ਸੰਗਤ ਦਾ ਕਿੰਨਾ ਰਸ ਹੈ, ਕਿੰਨਾ ਸੰਗਮ ਹੈ, ਕਿੰਨਾ ਜੋੜ ਮੇਲ ਹੈ, ਇਹ ਸਭ ਮਹਾਂਪੁਰਖ ਦੀ ਕਿਰਪਾ ਹੈ। ਉਹਦੀ ਕਿਰਪਾ ਤੋਂ ਬਿਨਾਂ ਇੱਕ ਪੈਰ ਵੀ ਧਰਨਾ ਔਖਾ ਹੈ, ਸਤਸੰਗਤ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਅਸਾਂ ਦੀ ਵਾਰ ਵਿੱਚ ਮਹਾਰਾਜ ਜੀ ਬਾਣੀ ਵਿੱਚ ਕਹਿੰਦੇ ਨੇ, ਭਗਤ ਤੇਰੇ ਮਨ ਭਾਵ ਦੇ ਦਰ ਸੋਹਣ ਕੀਰਤ ਗਾਮ ਦੇ। ਆ ਸੋਹਣੇ ਹੋ ਨਾ, ਕਿੰਨੇ ਸੋਹਣੇ ਲੱਗਦੇ ਹੋ, ਹੋਰ ਵੀ ਸੋਹਣੇ ਬਣ ਜਾਓ, ਹੋਰ ਵੀ ਸੋਭ ਨੀਕੇ ਰਸਨਾ ਨੂੰ ਮੁਖੜੇ ਨੂੰ ਬਣਾ ਲਓ। ਜੇ ਕਿਤੇ ਰਸਨਾ 'ਤੇ ਬਾਣੀ ਚੱਲ ਪਏ, ਕੀਰਤਨ ਦੇ ਵਿੱਚ ਅਸੀਂ ਆਨੰਦ ਲੈਣ ਲੱਗ ਜਾਈਏ, ਅੰਦਰੋਂ ਜਿਹੜੀ ਧੁਨ ਹੈ ਉਹ ਵੱਜਣ ਲੱਗ ਜਾਏ, ਉਹਦਾ ਸਿਮਰਨ
ਉਹਦੀ ਬੰਦਗੀ ਸਵਾਸ ਸਵਾਸ ਹੋਣ ਲੱਗਦੇ, ਫਿਰ ਹੋਰ ਵੀ ਸੁਹਾਵਣੇ ਬਣ ਸਕਦੇ ਹਾਂ, ਸੋਹਣੇ ਬਣ ਸਕਦੇ ਹਾਂ। ਪਰ ਜੇ ਉਹਨੂੰ ਭਾਵੇ, ਜੇ ਉਹਨੂੰ ਭਾ ਜਾਵੇ ਤਾਂ ਉਹ ਬੁਲਾਉਂਦਾ ਹੈ। ਆਪਾਂ ਸਾਰੇ, ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ, ਮੈਂ ਕੋਈ ਸੰਤ ਵੱਡਾ ਕੀਰਤਨੀਆ ਜਾਂ ਗੁਰਮੁਖ ਵਸਤਾ ਵਾਲਾ ਨਹੀਂ ਹਾਂ, ਜਾਚਕ ਹਾਂ, ਸੇਵਾਦਾਰ ਹਾਂ। ਮਹਾਂਪੁਰਖਾਂ ਨੇ ਜਿਵੇਂ ਤੁਹਾਡੇ 'ਤੇ ਨਜ਼ਰ ਮਾਰ ਕੇ ਤੁਹਾਨੂੰ ਬੁਲਾ ਲਿਆ, ਅਤੇ ਸਾਨੂੰ ਵੀ ਨਜ਼ਰ ਮਾਰ ਕੇ ਬੁਲਾ ਲਿਆ। ਸਾਡੇ 'ਤੇ ਵੀ ਮਹਾਂਪੁਰਖਾਂ ਨੇ ਕਿਰਪਾ ਕਰਤੀ, ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕਰਤੀ, ਸਾਨੂੰ ਵੀ ਆਪਣੇ ਚਰਨਾਂ 'ਚ ਬੈਠਣ ਦਾ, ਕੁਝ ਵਚਨ ਸੁਣਨ ਦਾ, ਕੁਝ ਕਹਿਣ ਦਾ ਸਮਾਂ ਦੇ ਦਿੱਤਾ। ਪਰ ਮਹਾਰਾਜ ਕਹਿੰਦੇ, ਜੇ ਉਹਨੂੰ ਭਾਅ ਚੰਗੇ ਲੱਗੇ ਹਾਂ, ਉਹਨੂੰ ਭਾਏ ਹਾਂ, ਉਹਦੇ ਮਨ ਨੂੰ ਅਸੀਂ ਭਾ ਗਏ, ਗੁਰੂ ਸਾਹਿਬ ਨੇ ਅੰਦਰੋਂ ਸਾਨੂੰ ਚੁਣ ਲਿਆ, ਸਾਨੂੰ ਪਸੰਦ ਕਰ ਲਿਆ, ਵੀ ਆਹ ਮਾਈ ਭਾਈ ਜਿੰਨੇ ਬੈਠੇ ਹੋ ਤੁਹਾਨੂੰ ਸਤਿਗੁਰੂ ਨੇ ਆਪ ਬੁਲਾਇਆ। ਪਰ ਅੱਗੇ ਕਰਨਾ ਕੀ ਹੈ, ਸਤਸੰਗਤ ਵਿੱਚ ਆ ਕੇ ਤੁਹਾਨੂੰ ਔਰ ਮਨ ਜੋੜ ਲੈਣੇ, ਮਨ ਕਰਕੇ ਜਪਿਆ ਹੋਇਆ ਨਾਮ, ਮਨ ਕਰਕੇ ਕੀਤੀ ਹੋਈ ਬੰਦਗੀ ਦੇ ਗੁਰਮੁਖੋ ਫਿਰ ਉਹ ਪ੍ਰਵਾਨ ਹੋ ਜਾਣੀ ਹੈ। ਮਹਾਂਪੁਰਖਾਂ ਨੇ ਕਹਿਣਾ, ਬੜੇ ਪ੍ਰੇਮ ਨਾਲ ਜਪਿਆ ਕਰੋ ਸਾਰੇ। ਕਲਯੁੱਗ ਦੇ ਵਿੱਚ ਕਿੱਡਾ ਕੁ ਪੁੰਨ ਹੈ ਨਾਮ ਦਾ, ਬੰਦਗੀ ਦਾ, ਸਿਮਰਨ ਦਾ। ਜੋ ਮਹਾਂਪੁਰਖ ਸਾਰੇ ਹੀ ਮਾਘ ਦਾ ਮਹੀਨਾ, ਇਕੱਲਾ ਮਾਘ ਕੀ ਸਾਰੇ ਹੀ ਸਾਲ ਲੰਘ ਜਾਂਦੇ ਨੇ, ਮਹੀਨੇ ਲੰਘ ਜਾਂਦੇ ਨੇ, ਮਹਾਂਪੁਰਸ਼ਾਂ ਨੂੰ ਜਪਾਉਂਦਿਆਂ ਨੂੰ, ਜਪਦਿਆਂ ਨੂੰ। ਪਰ ਜਿੱਥੇ ਨਾਮ ਰੂਪੀ ਚਸ਼ਮਾ ਵਗਦਾ ਹੋਵੇ, ਨਾਮ ਰੂਪੀ ਗੰਗਾ ਵਗਦੀ ਹੋਵੇ, ਉੱਥੇ ਸਾਨੂੰ ਗੁਰਮੁਖੋ ਜੁੱਬਾ ਲਾ ਹੀ ਲੈਣਾ ਚਾਹੀਦਾ, ਘੋਲ ਨਹੀਂ ਕਰਨੀ ਚਾਹੀਦੀ। ਸੰਤ ਮਹਾਰਾਜ ਮਸਟਵਾਣਾ ਸਾਹਿਬ ਵਾਲੇ ਵੱਡੇ ਮਹਾਂਪੁਰਖ ਬ੍ਰਹਮ ਗਿਆਨੀ 111 ਸੰਤ ਦਾਤਰ ਸਿੰਘ ਜੀ ਮਹਾਰਾਜ ਬੜੇ ਪ੍ਰੇਮ ਨਾਲ ਸੰਗਤਾਂ ਨੂੰ ਉਪਦੇਸ਼ ਕਰਦੇ ਹੁੰਦੇ, ਭਾਈ ਗੁਣ ਜੀ ਗੋਬਿੰਦ ਦੇ ਗਾਈਏ, ਕਲਯੁਗ ਵਿੱਚ ਵੱਡਾ ਪੁੰਨ ਹੈ। ਗੁਣ ਜੀ ਗੋਬਿੰਦ ਦੇ ਗਾਈਏ, ਕਲਯੁਗ ਵਿੱਚ ਵੱਡਾ ਪੁੰਨ ਹੈ।
ਸਾਧੂ ਵਿੱਚ ਵੱਡਾ ਪੁੰਨ ਹੈ, ਗੁਣ ਜੀ ਗੋਬਿੰਦ ਦੇ ਗਾਈਏ, ਸਾਧੂ ਵਿੱਚ ਵੱਡਾ ਪੁੰਨ ਹੈ। ਕਲਯੁਗ ਵਿੱਚ ਜੀ ਵੱਡਾ ਪੁੰਨ ਹੈ, ਕਲਯੁਗ ਵਿੱਚ ਜੀ ਵੱਡਾ ਪੁੰਨ ਹੈ, ਕਲਯੁਗ ਵਿੱਚ ਜੀ ਵੱਡਾ ਪੁੰਨ ਹੈ, ਕਲਯੁਗ ਵਿੱਚ ਜੀ ਵੱਡਾ ਪੁੰਨ ਹੈ। ਕਲਯੁਗ ਵਿੱਚ ਵੱਡਾ ਪੁੰਨ ਹੈ, ਗੁਣ ਜੀ ਗੋਬਿੰਦ ਦੇ ਗਾਈਏ, ਕਲਯੁਗ ਵਿੱਚ ਵੱਡਾ ਪੁੰਨ ਹੈ। ਵਾਹ ਵਾਹ ਗੁਰੂ ਕਿਰਪਾ ਸਾਰੇ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਪੁੰਨ ਹੈ ਕਲਯੁਗ ਵਿੱਚ ਹਰੀ ਦੇ ਨਾਮ ਜਪਣ ਦਿਆ। ਹਰੀ ਦੇ ਨਾਮ ਜਪਣ ਦੇ ਵਿੱਚ ਗੁਰਮੁਖੋ ਬਹੁਤ ਹੀ ਵੱਡਾ ਸੁੱਖ ਹੈ। ਬੰਦਗੀ ਦੇ ਵਿੱਚ ਜੋ ਮਹਾਂਪੁਰਸ਼ ਕਰ ਰਹੇ ਨੇ, ਤੁਹਾਨੂੰ ਸੌਖਾ ਤਰੀਕਾ ਦੱਸ ਰਹੇ ਨੇ। ਜੇ ਕਿਤੇ ਆਪਣੇ ਵਾਲਾ ਤਰੀਕਾ ਮਹਾਂਪੁਰਖ ਤੁਹਾਨੂੰ ਦੱਸਣ ਲੱਗ ਜਾਣ, ਉਹ ਤਾਂ ਹੈ ਬੜਾ ਔਖਾ। ਉਹ ਸਾਧਨ ਕਰਨੇ, ਸਾਧਨ ਕਰਕੇ ਬੰਦਗੀਆਂ ਕਰਨੀਆਂ ਬੜੀਆਂ ਔਖੀਆਂ ਨੇ, ਪਰ ਮਹਾਂਪੁਰਖਾਂ ਨੇ ਸਾਨੂੰ ਤਰਸ ਕਰਕੇ ਸਾਡੇ ਗਰੀਬਾਂ 'ਤੇ ਨਾ ਸਾਨੂੰ ਆ ਕਲਯੁਗ ਦੇ ਵਿੱਚ ਕੀਰਤਨ ਦਾ ਵਰਤਾਰਾ, ਸਾਰੇ ਸਾਧਨਾ ਤੋਂ, ਸਾਰੇ ਹੀ ਉਦਮਾਂ ਤੋਂ। ਇਹ ਉਦਮ ਭਲਾ ਹੈ, ਸਗਲ ਉਦਮ ਮਹਿ ਉਦਮ ਭਲਾ,
ਹਲਕਾ ਨਾਮ ਜਪੋ ਜੀ ਸਦਾ। ਸਾਰੇ ਸਾਧਨਾ ਤੋਂ ਗੁਰਮੁਖੋ ਮਹਾਂਪੁਰਖਾਂ ਨੇ ਤਾਂ ਵਿਧੀਆਂ ਨਾਲ ਅੰਦਰ ਵਹਿ ਵਹਿ ਕੇ ਤਪ 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 ਤਾਪ ਕੇ ਤਪ ਤਪ ਕਰਕੇ ਬੰਦਗੀਆਂ ਕਰ ਕਰਕੇ ਆਪਣੇ ਸਰੀਰ ਨੂੰ ਸਾਧ ਲਿਆ, ਬੰਦਗੀ ਨਾਲ ਜੋੜ ਲਿਆ। ਪਰ ਸਾਡਾ ਵੀ ਮਹਾਂਪੁਰਖਾਂ ਨੂੰ ਫਿਕਰ ਹੈ, ਸਾਡੇ ਵਾਸਤੇ ਵੀ ਮਹਾਂਪੁਰਸ਼ ਸੋਚਦੇ ਨੇ ਵੀ ਇਹ ਕਲਯੁਗੀ ਜੀਵ ਨੇ ਦਿਨ ਪਰ ਦਿਨ ਚਿੰਤਾ 'ਚ ਫਸੇ ਨੇ, ਕਾਮ 'ਚ, ਕ੍ਰੋਧ 'ਚ, ਹੰਕਾਰ 'ਚ ਇਹਨਾਂ ਦੀ ਰੁਚੀ ਹੈ। ਇਹਨਾਂ ਨੂੰ ਕਿੱਦਾਂ ਨਾਮ 'ਚ ਪਾਇਆ ਜਾਵੇ, ਕਿੱਦਾਂ ਬੰਦਗੀ ਕਰਵਾਈ ਜਾਵੇ? ਫਿਰ ਮਹਾਂਪੁਰਖਾਂ ਨੇ ਆ ਦੇਖੋ ਸਾਰੇ ਹੀ ਉਦਮ, ਸਾਰੇ ਹੀ ਸਾਧਨ ਆਪਣੇ ਕੋਲ ਰੱਖ ਕੇ ਇੱਕ ਸੌਖਾ ਜਿਹਾ ਸਾਧਨ ਦਿੱਤਾ ਕਿ ਭਾਈ ਕਲਯੁਗ ਦੇ ਵਿੱਚ ਬੈਠ ਕਰਕੇ ਕੀਰਤਨ ਕਰਿਓ ਅਤੇ ਕੀਰਤਨ ਸੁਣਿਓ, ਇਹ ਸਭ ਤੋਂ ਵੱਡਾ ਤੁਹਾਡਾ ਪੁੰਨ ਹੋਵੇਗਾ। ਸਭ ਤੋਂ ਵੱਡੀ ਦਾਤ ਕੀਰਤਨ ਦੀ ਹੈ। ਇੱਕ ਦਿਨ ਨਾਰਦ ਜੀ ਭਗਵਾਨ ਕੋਲ ਆਏ, ਭਗਵਾਨ ਵਿਸ਼ਨੂੰ ਜੀ ਕੋਲ, ਲਹਿਰੇ ਵਜਾ ਕੇ ਕੀਰਤਨ ਸੁਣਾਇਆ। ਭਗਵਾਨ ਬੜੇ ਖੁਸ਼ ਹੋਏ, ਨਾਰਦ ਜੀ ਕੀਰਤਨ ਦੀ ਸਮਾਪਤੀ ਤੋਂ ਬਾਅਦ ਕਹਿੰਦੇ ਭਗਵਾਨ ਜੀ ਮੇਰੀ ਇੱਕ ਗਰੀਬ ਦੀ ਬੇਨਤੀ ਹੈ। ਕਹਿੰਦੇ ਕਰੋ। ਮਹਾਰਾਜ ਆਪ ਵੱਸਦੇ ਕਿੱਥੇ ਹੋ, ਆਪ ਰਹਿੰਦੇ ਕਿੱਥੇ ਹੋ? ਭਗਵਾਨ ਕਹਿੰਦੇ ਨਾਰਦ ਜੀ ਤੂੰ ਹਰ ਵੇਲੇ ਦਾਸ ਮੇਰੇ ਕੋਲ ਰਹਿੰਦਾ, ਜਪਦਾ, ਤੂੰ ਮੈਨੂੰ ਪੜ੍ਹਦਾ, ਨੇੜਿਓਂ ਦੇਖਦਾ। ਹਾਲ ਤੱਕ ਤੈਨੂੰ ਇਹ ਪਤਾ ਨਹੀਂ ਲੱਗਿਆ ਵੀ ਭਗਵਾਨ ਰਹਿੰਦਾ ਕਿੱਥੇ ਹੈ? ਸਾਰੀ ਉਮਰ ਹੀ ਲੰਘਾ ਦਿੱਤੀ। ਭਗਵਾਨ ਜੀ ਸੱਚਮੁੱਚ ਕਹਿਣਾ ਮੈਨੂੰ ਪਤਾ ਨਹੀਂ, ਸੋਝੀ ਨਹੀਂ ਆਪ ਰਹਿੰਦੇ ਕਿੱਥੇ ਹੋ। ਭਗਵਾਨ ਕਹਿੰਦੇ ਸਗਲ ਬਨਸਪਤ ਮਹਿ ਬਿਸੰਤਰ, ਸਗਲ ਦੁੱਧ ਮੈਂ ਘੀਆ। ਜਿਵੇਂ ਗੁਰਮੁਖੋ ਦੁੱਧ ਗਾਂ ਦਾ ਲੈ ਲਓ, ਮੱਝ ਦਾ ਲੈ ਲਓ, ਸਾਰੇ ਦੁੱਧ 'ਚ ਘੀ ਹੈ। ਆਪਾਂ ਦੇਖਦੇ ਹਾਂ ਨਾ, ਸਿਆਣੀਆਂ ਬੀਬੀਆਂ ਨੂੰ ਪਤਾ ਜੇ ਹੁਣ ਮੱਝ ਥੱਲੋਂ ਚੱਕ ਕੇ ਬਾਲਟੀ ਦੇਖਣ ਲੱਗ ਜਾਣ ਹੱਥ ਮਾਰ ਕੇ ਵੀ ਘਿਓ ਕਿਵੇਂ ਨਿਕਲੂਗਾ। ਘਿਓ ਨੂੰ ਬਣਾਉਣ ਵਾਸਤੇ ਸਾਧਨ ਕਰਨੇ ਪੈਣੇ ਨੇ, ਪਹਿਲਾਂ ਚੋਣਾ ਪੈਣਾ, ਫਿਰ ਗਰਮ ਰੱਖਣਾ ਪੈਣਾ, ਅਤੇ ਫਿਰ ਉਹਨੂੰ ਜਾਗ ਲੱਗ ਕੇ ਮਧਾਣੀ ਨਾਲ ਰਿੜਕਣਾ ਪੈਣਾ, ਅਤੇ ਫਿਰ ਕਿਤੇ ਮੱਖਣੀ, ਮੱਖਣੀ ਤੋਂ ਘਿਓ। ਇਸੇ ਤਰ੍ਹਾਂ ਭਗਵਾਨ ਕਹਿੰਦੇ ਸਾਰੇ ਪਸ਼ੂਆਂ ਦਾ ਦੁੱਧ ਲੈ ਕੇ ਦੇਖ ਲਈ ਨਾਰਦ, ਸਾਰੇ ਹੀ ਦੁੱਧ 'ਚ ਘਿਓ ਹੈ। ਇਸੇ ਤਰ੍ਹਾਂ ਭਗਵਾਨ ਕਹਿੰਦੇ ਮੇਰਾ ਵਾਸਾ ਵੀ ਸਾਰਿਆਂ ਦੇ ਵਿੱਚ ਹੀ ਹੈ। ਕਿਉਂ? ਘੱਟ ਘੱਟ ਵਾਸੀ ਸਰਬ ਨਿਵਾਸੀ, ਸਾਰਿਆਂ ਦੇ ਵਿੱਚ ਉਹਦਾ ਵਾਸਾ ਹੈ। ਪਰ ਦੇਖਦਾ ਕੌਣ ਹੈ? ਜਿਹੜਾ ਕੋਈ ਯਤਨ ਕਰਦਾ,
ਸੰਤ ਮਹਾਰਾਜ ਜੀ ਭਰੋਵਾਲ ਸਾਹਿਬ ਵਾਲੇ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰਦੇ ਹੋ, ਮੈਂ ਉਹਨਾਂ ਦੀ ਕੋਈ ਵਡਿਆਈ ਨਹੀਂ ਕਰਦਾ, ਨਾ ਸਾਧੂਆਂ ਦੀ ਵਡਿਆਈ ਸਾਤੋਂ ਹੋ ਸਕੇ। ਸਾਡੇ ਉਹ ਰਸਨੇ ਨਹੀਂ ਹੈ, ਉਹ ਮੁੱਖੀ ਨਹੀਂ ਹੈ ਜਿਹੜਾ ਅਸੀਂ ਕਿ ਸਾਧੂਆਂ ਦੀ ਉਸਤਤ ਕਰ ਲਈਏ। ਇਹ ਤਾਂ ਉਹ ਆਪ ਹੀ ਕਰਾ ਸਕਦਾ ਹੈ, ਆਪ ਹੀ। ਆ ਜਥਾ ਬੈਠਾ, ਸਾਰੇ ਵਿਹੰਗਮ ਬੈਠੇ ਨੇ ਜਥਾ ਮਹਾਂਪੁਰਖਾਂ ਦਾ, ਕੀਰਤਨ ਤੋਂ ਲੈ ਕੇ, ਬੰਦਗੀਆਂ ਤੋਂ ਲੈ ਕੇ, ਗ੍ਰੰਥੀ ਸਿੰਘਾਂ ਤੋਂ, ਝਾੜੂ ਬਰਦਾਰਾਂ ਤੋਂ ਲੈ ਕੇ, ਜਿਹੜੀ ਸੇਵਾ ਹੋ ਰਹੀ ਹੈ ਨਾ, ਇਹ ਸਾਰੀ ਸੇਵਾ ਮਹਾਂਪੁਰਖ ਆਪ ਲੈ ਰਹੇ ਨੇ। ਕਿਸੇ ਦੀ ਗਤੀ ਨਹੀਂ ਕਿ ਮੈਂ ਆਪ ਸੇਵਾ ਕਰ ਲਾਂ। ਆਓ ਸਮਾਂ ਥੋੜ੍ਹਾ ਮੈਂ ਵਿਚਾਰ ਸੰਖੇਪ ਕਰਾਂ। ਨਾਰਦ ਜੀ ਕਹਿੰਦੇ, ਮਹਾਰਾਜ ਮੈਨੂੰ ਭੁਲੇਖਾ ਲੱਗ ਗਿਆ, ਮੈਨੂੰ ਚੱਜ ਦੱਸ ਦਿਓ, ਮੈਨੂੰ ਵਿਧੀ ਦੱਸ ਦਿਓ ਵੀ ਪੁੱਛਣਾ ਕਿਵੇਂ ਹੁੰਦਾ। ਕਹਿੰਦੇ, ਇਹ ਪੁੱਛ ਵੀ ਭਗਵਾਨ ਰਹਿੰਦੇ ਤਾਂ ਤੁਸੀਂ ਸਾਰੀ ਜਗ੍ਹਾ 'ਤੇ ਹੋ, ਵੱਸਦੇ ਤਾਂ ਤੁਸੀਂ ਸਾਰੇ ਸਥਾਨਾਂ 'ਤੇ ਹੋ, ਪਰ ਸਭ ਤੋਂ ਵੱਧ ਜੀ ਕਿੱਥੇ ਲੱਗਦਾ, ਇਹ ਪੁੱਛ। ਮਾਫ਼ੀ ਮੰਗ ਕੇ ਭਗਵਾਨ ਨੂੰ ਨਾਰਦ ਜੀ ਪੁੱਛਦੇ ਨੇ, ਭਗਵਾਨ ਜੀ ਮੈਨੂੰ ਇਹ ਤਾਂ ਦੱਸ ਦਿਓ ਵੀ ਆਪ ਦਾ ਜੀ ਕਿੱਥੇ ਲੱਗਦਾ, ਸਭ ਤੋਂ ਵੱਧ ਪ੍ਰਸੰਨ ਕਿੱਥੇ ਹੁੰਦੇ ਹੋ। ਅਤੇ ਭਗਵਾਨ ਬੜੇ ਖੁਸ਼ ਹੋ ਗਏ, ਕਹਿੰਦੇ, ਨਾਰਦ ਜਿੱਥੇ ਨਿਰਵਾਣ, ਨਿਸ਼ਕਾਮ, ਬਿਨਾਂ ਇੱਛਾ ਤੋਂ, ਬਿਨਾਂ ਭਾਵਨਾ ਤੋਂ ਕਿਤੇ ਕੀਰਤਨ ਹੁੰਦਾ ਹੋਵੇ, ਬੰਦਗੀ ਹੁੰਦੀ ਹੋਵੇ, ਮੇਰਾ ਜੀ ਸਭ ਤੋਂ ਵੱਧ ਉੱਥੇ ਲੱਗਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮੋਹਰ ਲਾ ਰਹੇ ਨੇ, ਜਿਹੇ ਕੀਰਤਨ ਤੇਰਾ ਸਾਧੂ ਗਾਵੈ, ਇਹ ਮੇਰਾ ਮਨ ਲੱਗੈ। ਮਹਾਰਾਜ ਆਪ ਕਹਿ ਰਹੇ ਨੇ, ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਭਾਈ ਜਿੱਥੇ ਕੋਈ ਬੰਦਗੀ ਵਾਲਾ ਪਿਆਰਾ, ਜਿੱਥੇ ਕੋਈ ਸਿਮਰਨ ਵਾਲਾ ਪਿਆਰਾ ਕੀਰਤਨ ਕਰਦਾ ਹੋਵੇ, ਪੰਜ ਸੱਤ ਸਾਧੂ ਜਿਵੇਂ ਆਪਾਂ ਬੈਠੇ ਹਾਂ, ਮਰਦੰਗ ਵੱਜ ਰਹੀ ਹੈ, ਭਵਖੰਡਣੇ ਵੱਜ ਰਹੇ ਨੇ, ਪਹਿਲਾਂ ਜੋੜੀ ਵੱਜ ਰਹੀ ਸੀ, ਕੀਰਤਨ ਹੋ ਰਿਹਾ ਸੀ ਗੁਰਬਾਣੀ ਦਾ, ਜਿੱਥੇ ਨਿਸ਼ਕਾਮ ਨਿਰਵਾਣ ਕੀਰਤਨ ਹੋਵੇ, ਕਹਿੰਦੇ ਉਹ ਫਿਰ ਸਾਧੂਆਂ ਦੇ ਮੱਧ ਵਿੱਚ ਬਹਿ ਕੇ ਮੇਰਾ ਜੀ ਲੱਗਦਾ ਸਭ ਤੋਂ ਵੱਧ, ਉੱਥੇ ਮੇਰੀ ਪ੍ਰਸੰਨਤਾ ਹੈ, ਉੱਥੇ ਮੇਰੀ ਖੁਸ਼ੀ ਹੈ। ਕਹਿੰਦੇ, ਨਾਰਦ ਸਭ ਤੋਂ ਵੱਧ ਮੈਂ ਉੱਥੇ ਪ੍ਰਸੰਨ ਹਾਂ। ਸੰਤ ਮਹਾਰਾਜ ਬੜੇ ਪਿਆਰ 'ਚ ਪੜ੍ਹਦੇ ਹੁੰਦੇ, ਹਰ ਜਸ ਕਰਦੇ ਨੇ ਸੰਤ ਜਨ ਪਿਆਰੇ, ਉੱਥੇ ਮੇਰਾ ਮਨ ਲੱਗਦਾ, ਹਰ ਜਸ ਕਰਦੇ ਨੇ ਸੰਤ ਜਨ ਪਿਆਰੇ, ਉੱਥੇ ਮੇਰਾ ਮਨ ਲੱਗਦਾ,
ਸਿਫਤ ਕਰਦੇ ਨੇ ਸੰਤ ਜਨ ਪਿਆਰੇ ਜੀ, ਸੰਤ ਜਨ ਪਿਆਰੇ, ਉੱਥੇ ਮੇਰਾ ਮਨ ਲੱਗਦੇ ਕਰਦੇ ਨੇ ਸੰਤ ਜਨ ਪਿਆਰੇ, ਉੱਥੇ ਮੇਰਾ ਮਨ ਲੱਗਦੇ ਸੰਤ ਜਨ ਪਿਆਰੇ, ਉੱਥੇ ਮੇਰਾ ਮਨ ਲੱਗਦੇ ਹਰ ਜਸ ਹੋਵੇ, ਉਹਦੀ ਬੰਦਗੀ ਹੋਵੇ, ਉਹਦਾ ਸਿਮਰਨ ਹੋਵੇ, ਸਭ ਤੋਂ ਵੱਧ ਪ੍ਰਸੰਨ ਭਗਵਾਨ ਉਹ ਜਗ੍ਹਾ 'ਤੇ ਹੈ। ਆਹ ਦੇਖੋ ਆਨੰਦ ਵਰਤ ਰਿਹਾ ਨਾ, ਪਿੰਡ ਪਿੰਡ ਗੁਰੂ ਘਰ ਨੇ, ਗੁਰਦੁਆਰੇ ਨੇ, ਅਸਥਾਨ ਹਨ। ਗੁਰੂ ਗ੍ਰੰਥ ਸਾਹਿਬ ਸਾਰੇ ਸਥਾਨਾਂ 'ਤੇ ਪ੍ਰਕਾਸ਼ ਨੇ, ਸਭ ਜਗ੍ਹਾ 'ਤੇ ਸਭ ਸਥਾਨਾਂ 'ਤੇ ਪ੍ਰਬੰਧ ਬੜਾ ਵਧੀਆ ਹੈ, ਸਿਸਟਮ ਬੜੇ ਸੋਹਣੇ ਬਣੇ ਹੋਏ ਨੇ। ਪਰ ਧੰਨ ਜਿੱਥੇ ਗੁਰੂ ਦੇ ਪਿਆਰੇ ਕੋਈ ਮਹਾਂਪੁਰਸ਼ ਬੈਠੇ ਹੋਣ, ਸੰਤ ਜੀ ਮਹਾਰਾਜ ਦੇ ਆਪਾਂ ਸਥਾਨ 'ਤੇ ਬੈਠੇ ਹਾਂ, ਨਾਨਕਸਰ ਸਾਹਿਬ ਜਾਂਦੇ ਹਾਂ, ਧੰਨ ਧੰਨ ਵੱਡੇ ਮਹਾਰਾਜ,
ਗੁਰੂ ਨਾਨਕ ਦੇ ਸਰੂਪ ਹੀ ਕਹਿ ਦਈਏ, ਅਨਨ ਰੂਪ, ਬਾਬਾ ਆਨੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਬੰਦਗੀਆਂ ਕੀਤੀਆਂ, ਸਿਮਰਨ ਕੀਤੇ। ਰਾਗੀ ਸੁਜਾਨ ਸਿੰਘ ਜੀ ਵਰਗਿਆਂ ਨੂੰ ਕਹਿ ਦੇਣਾ ਕਿ ਰਾਗੀ ਸਿਆਂ ਇੱਕ ਮਿੰਟ ਲੇਟ ਹੋ ਗਿਆ, ਬਈ ਇਹਦਾ ਲੇਖਾ ਕਦੋਂ ਦੇਵੇਗਾ, ਕਿਵੇਂ ਦੇਵੇਗਾ ਲੇਖਾ। ਗੁਰੂ ਨਾਨਕ ਦੀ ਹਜ਼ੂਰੀ ਤੋਂ, ਹਾਜ਼ਰੀ ਤੋਂ, ਚੌਂਕੀ ਤੋਂ ਲੇਟ ਨਹੀਂ ਹੋਣਾ। ਕਿਉਂ? ਤੇਰੇ ਹਾਰਮੋਨੀਅਮ ਤੋਂ, ਤੇਰੇ ਬਾਜੇ ਤੋਂ, ਤੇਰੀ ਰਬਾਬ ਤੋਂ, ਤੇਰੇ ਤਬਲੇ ਮਰਦੰਗ ਤੋਂ ਵਜਾਉਣ ਤੋਂ, ਤੇਰੀ ਹਾਜ਼ਰੀ ਤੋਂ, ਗੁਰੂ ਨਾਨਕ ਦੀ ਹਾਜ਼ਰੀ ਉੱਥੇ ਪਹਿਲਾਂ ਲੱਗ ਰਹੀ ਹੈ। ਆਪਾਂ ਸੋਚਿਆ ਕਦੇ? ਆਪਾਂ ਕਦੇ ਵਿਚਾਰਿਆ? ਅਤੇ ਆਪਣੇ ਮਨ ਵਿੱਚ ਇਹ ਹੁੰਦਾ, ਮੇਰੇ ਵਰਗਾ ਕਿਤੇ ਦੀਵਾਨ ਲਾਉਣ ਜਾਂਦਾ ਹੈ, ਉੱਥੇ ਜਾ ਕੇ ਦੇਖਦਾ ਵੀ ਹਜੇ ਤਾਂ ਪੰਡਾਲ ਖਾਲੀ ਹੈ, ਬਹਿ ਜਾਓ, ਚਾਹ ਪਾਣੀ ਪੀ ਲਓ। ਪਰ ਉੱਥੇ ਗੜਬੜ ਹੋ ਜਾਂਦੀ ਹੈ ਕਿ ਗੁਰੂ ਨਾਨਕ ਨਾਲੋਂ ਜ਼ਿਆਦਾ ਪਿਆਰਾ ਲੋਕਾਂ ਨੂੰ ਜਾਣਦਾ ਹੈ, ਲੋਕਾਂ ਨੂੰ, ਲੋਕਾਂ ਦੇ ਇਕੱਠ ਨੂੰ ਸੁਣਾਉਣਾ ਚਾਹੁੰਦਾ ਹੈ, ਪਰ ਗੁਰੂ ਨਾਨਕ ਨੂੰ ਸੁਣਾਉਣਾ ਨਹੀਂ ਚਾਹੁੰਦਾ। ਪਰ ਇਹ ਜਗ੍ਹਾ 'ਤੇ ਗੁਰਮੁਖੋ ਸਾਨੂੰ ਇਹ ਚਾਹੀਦਾ ਵੀ ਦੁਨੀਆ ਤਾਂ ਸੰਸਾਰ ਹੈ, ਲਹਾ ਲਈ ਜਾਣਾ, ਲਹਾ ਲਈ ਜਾਣਾ। ਮਿੱਤਰਾ, ਤੈਂ ਵੀ ਲਹਾ ਲਈ ਜਾਣਾ, ਭਾਵੇਂ ਤੂੰ ਸੁਣਾਉਣ ਵਾਲਾ, ਭਾਵੇਂ ਸੁਣਨ ਵਾਲਾ, ਕੋਈ ਸਭ ਨੇ ਲਾਹੇ ਲੈਣਾ। ਇੱਥੇ ਵੱਡਾ ਛੋਟਾ ਕੋਈ ਨਹੀਂ ਹੈ। ਮਹਾਰਾਜ ਸਭ ਨੂੰ ਇੱਕੋ ਜਿਹਾ ਪਿਆਰ ਕਰਦੇ ਨੇ। ਜੇ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਘਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਉਹਨਾਂ ਦੇ ਵਿੱਚੋਂ ਭਾਵੇਂ ਸੁਣਨ ਵਾਲੇ ਵੀ ਨੇ, ਭਾਵੇਂ ਕੋਈ ਸੁਣਾਉਣ ਵਾਲੇ ਵੀ ਨੇ। ਮਹਾਰਾਜ ਦੀ ਬਾਣੀ ਸਾਰਿਆਂ ਦਾ ਸਤਿਕਾਰ ਕਰਦੀ ਹੈ, ਬਾਣੀ ਪੜ੍ਹਨ ਵਾਲੇ ਦਾ ਵੀ, ਬਾਣੀ ਸੁਣਨ ਵਾਲੇ ਦਾ ਵੀ। ਪਰ ਹੁਣ ਸੁਣਿਆ ਅਤੇ ਪੜ੍ਹਿਆ ਕੋਈ ਭਾਗਾਂ ਵਾਲਿਆਂ ਦੇ ਵਿਸ਼ੇ ਵਿੱਚ ਕੀ ਗਏ? ਨਹੀਂ ਤਾਂ ਹੁਣ ਸਭ ਖੁਸ਼ਾਮਦ ਕਰਦਿਆਂ ਕਿ ਦੁਨੀਆ ਨੂੰ ਖੁਸ਼ ਕਰ ਲਈਏ, ਦੁਨੀਆ ਨੂੰ ਖੁਸ਼ ਕਰਨ 'ਤੇ ਜ਼ੋਰ ਲੱਗਿਆ ਹੋਇਆ। ਪਰ ਡਿਊਟੀ ਲਾਈ ਹੈ ਮੇਰੇ ਸਤਿਗੁਰੂ ਗੁਰੂ ਨਾਨਕ ਨੇ ਕਿ ਮਿੱਤਰਾ, ਉਹ ਗੁਰਮੁਖਾ, ਅਕਾਲ ਪੁਰਖ ਨੂੰ ਖੁਸ਼ ਕਰ ਲਈ, ਦੁਨੀਆ ਦਾ ਵੀ ਖੁਸ਼ ਹੋ ਜਾਣੀ ਹੈ। ਇੱਥੇ ਸੰਸਾਰ ਨੂੰ ਖੁਸ਼ ਕਰਨ ਦਾ ਵਿਸ਼ਾ ਨਹੀਂ, ਇੱਥੇ ਗੁਰੂ ਨਾਨਕ ਨੂੰ ਖੁਸ਼ ਕਰਨ ਦਾ ਵਿਸ਼ਾ ਹੈ। ਬਾਬਾ ਆਨੰਦ ਸਿੰਘ ਜੀ ਮਹਾਰਾਜ, ਮੌਜੂਦਾ ਮਹਾਂਪੁਰਖ ਜਿਨ੍ਹਾਂ ਦੇ ਆਪਾਂ ਅਸਥਾਨ 'ਤੇ ਬੈਠੇ ਹਾਂ, ਦੇਖੋ ਸਾਰੀ ਸਾਰੀ ਰਾਤ, ਸਾਰਾ ਸਾਰਾ ਦਿਨ ਉਹਦੀ ਬੰਦਗੀ 'ਚ, ਉਹਦੇ ਸਿਮਰਨ ਵਿੱਚ ਲੰਘ ਜਾਂਦਾ। ਕਿਉਂ? ਪਤਾ ਹੈ ਵੀ ਕਿਹੜੇ ਕੰਮ ਵਾਸਤੇ ਸਰੀਰ ਦਿੱਤਾ ਮਹਾਰਾਜ ਨੇ, ਕਾਹਦੇ ਵਾਸਤੇ ਆਪਾਂ ਇੱਥੇ ਆਇਆ। ਜੇ ਵੱਦ ਲਗਾ ਦੀ ਨਾ, ਫਿਰ ਚੱਕੀ ਫਿਰੀ ਜਾਈ ਬੀਜ ਕਣਕ ਦਾ, ਬਾਜਰੇ ਦਾ, ਜਮਾਰ ਦਾ, ਝੋਨੇ ਦਾ, ਵੱਤ ਲੰਘ ਗਈ ਤਾਂ ਫਿਰ ਉਹ ਹਰਾ ਨਹੀਂ ਹੋਣਾ। ਫਿਰ ਜਿਹੜਾ ਬੀਜ ਪਾਵੇਂਗਾ ਉਹਦਾ ਵੀ ਖਰਚਾ ਤੇਰੇ ਹੀ ਪੱਲੇ ਪੈਣਾ। ਪਰ ਜੇ ਵੱਤ ਦੇ ਨਾਲ ਬੀਜ ਬੀਜ ਲਏਗਾ, ਜਾਇਦਾਦ
ਸਮਝ ਆਵੇਗੀ। ਉਹ ਜ਼ਮੀਨ ਦੇ ਵਿੱਚੋਂ ਕੋਈ ਫਲ ਵੀ ਮਿਲ ਜਾਣਾ, ਪਰ ਜੇ ਬਤ ਲੰਘੀ ਤੋਂ ਹੀ ਬੀਜ ਚੱਕੀ ਫਿਰੀ ਗਿਆ ਫਿਰ ਕੀ ਫਾਇਦਾ ਹੈ। ਮਹਾਰਾਜ ਨੇ ਜਵਾਨੀ ਦਿੱਤੀ, ਜਵਾਨੀ ਦੇ ਵਿੱਚ ਜਿਹੜਾ ਕੰਮ ਹੋ ਜਾਂਦਾ ਉਹ ਅੱਧ ਖੜ ਉਮਰ ਵਿੱਚ ਨਹੀਂ ਹੁੰਦਾ ਜਾ ਕੇ, ਜਿਹੜਾ ਅੱਧ ਖੜ ਉਮਰ ਦੇ ਵਿੱਚ ਹੋ ਜਾਂਦਾ ਉਹ ਗੁਰਮੁਖ ਹੋ ਜਾ ਕੇ ਫਿਰ ਬੁਢੇਪੇ 'ਚ ਰਹਿ ਜਾਂਦਾ। ਬਚਪਨ ਹੈ, ਜਵਾਨੀ ਹੈ, ਬੁਢੇਪਾ ਹੈ। ਬੁਢੇਪੇ ਦੇ ਵਿੱਚ ਤਾਂ ਫਿਰ ਆਪਣਾ ਆਪ ਹੀ ਨਹੀਂ ਸਮਝਦਾ। ਇਹ ਤਾਂ ਗੁਰਮੁਖਾਂ ਵਾਸਤੇ ਬਾਣੀ ਨੇ ਲਿਖ ਦਿੱਤਾ, ਗੁਰਮੁਖ ਬੁੱਢੇ ਕਦੇ ਨਾਹੀਂ, ਜਿਹਨੇ ਅੰਤਰ ਸੁਰਤ ਗਿਆਨ। ਉਹਦਾ ਇਹੋ ਜਿਹੇ ਮਹਾਂਪੁਰਸ਼ਾਂ ਵਾਸਤੇ ਸਤਿਗੁਰੂ ਦੀ ਬਾਣੀ ਕਹਿੰਦੀ, ਜਿਹੜੇ ਸਵਾਸ ਸਵਾਸ ਕਰਕੇ ਦਿਨ ਰਾਤ ਜੁੜੇ ਰਹਿੰਦੇ ਨੇ, ਬੰਦਗੀ ਵਿੱਚ ਜੁੜੇ ਰਹਿੰਦੇ ਨੇ। ਕਹਿੰਦੇ ਨਾਰਦ, ਜਿੱਥੇ ਤੇਰੀ ਰੁਚੀ ਹੋਊਗੀ ਆ ਜੀ ਮਿਲ ਜਾਵਾਂਗੇ, ਪਰ ਮਿਲਾਂਗੇ ਤੈਨੂੰ ਸੰਗਤ ਵਿੱਚ, ਮਿਲਾਂਗੇ ਤੈਨੂੰ ਕਿਤੇ ਕੀਰਤਨ ਦੇ ਵਿੱਚ। ਨਾਰਦ ਜੀ ਇੱਕ ਦਿਨ ਆਏ, ਅੱਜ ਆਸਣ ਵਿਹਲੇ ਪਏ ਨੇ, ਸਕਾਸਨ ਤੇ ਭਗਵਾਨ ਹੈ ਨਹੀਂ, ਲੱਭਦਾ ਪੁਰੀਆਂ ਦੇ ਵਿੱਚੋਂ ਦੀ ਹੁੰਦਾ ਹੋਇਆ ਇੱਕ ਛੋਟਾ ਜਿਹਾ ਬਗੀਚਾ ਹੈ ਜਿੱਥੇ 5-7 ਸਾਧੂ ਬੈਠੇ ਨੇ, ਮਹਾਂਪੁਰਸ਼ ਬੈਠੇ ਨੇ, ਉੱਥੇ ਕੀਰਤਨ ਹੋ ਰਿਹਾ। ਮੱਧ ਵਿੱਚ ਬਹਿ ਕੇ ਭਗਵਾਨ ਸਮਾਧੀ ਲਾਈ ਬੈਠੇ ਕੀਰਤਨ ਸੁਣਦੇ ਨੇ। ਮਹਾਰਾਜ ਬੜਾ ਸਮਾਂ ਹੋ ਗਿਆ ਤੁਹਾਨੂੰ ਲੱਭਦਿਆਂ ਨੂੰ, ਬੜਾ ਸਮਾਂ ਹੋ ਗਿਆ ਤੁਹਾਨੂੰ ਭਾਲਦਿਆਂ ਨੂੰ, ਮੈਂ ਤਾਂ ਹਫੋਂ ਟੁੱਟ ਗਿਆ, ਹਾਰ ਗਿਆ, ਥੱਕ ਗਿਆ। ਕਹਿੰਦੇ ਨਾਰਦ, ਤੇਰੇ ਬਚਨ ਯਾਦ ਨਹੀਂ, ਤੈਨੂੰ ਕਿਹਾ ਸੀ ਕਿਵੇਂ ਉਹ ਅਸਥਾਨ 'ਤੇ ਆ ਜਾਈ ਜਿੱਥੇ ਰੱਬ ਦੇ ਪਿਆਰੇ ਮਿਲ ਕੇ ਹਰ ਜਸ ਕਰਦੇ ਹੋਣਗੇ, ਉੱਥੇ ਮਿਲ ਜਾਵਾਂਗੇ। ਸਾਨੂੰ ਬਹੁਤੀਆਂ ਟਿਉਨਾਂ ਦੀ ਲੋੜ ਨਹੀਂ, ਬਹੁਤੇ ਲਹਿਰਿਆਂ ਦੀ ਲੋੜ ਨਹੀਂ, ਐਂ ਸਿੱਧੇ ਹੀ ਆਪ ਜਪਦੇ ਨੇ ਅਤੇ ਨਾਲੇ ਦਬਾਉਂਦੇ ਨੇ। ਮੇਰੀ ਖੁਸ਼ੀ ਉਹਨਾਂ ਕੋਲ ਜ਼ਿਆਦਾ ਹੈ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਆਨੰਦ ਹੈ, ਉਹਨਾਂ ਕੋਲ ਮੈਂ ਰਹਿਣਾ, ਅੰਦਰ ਵੀ ਅਤੇ ਬਾਹਰ ਵੀ। ਜਿੱਥੇ ਵੀ ਉਹ ਦੇਖਦੇ ਨੇ, ਜਿਹੇ ਜਿਹੇ ਵੇਖੋ ਤਹੇ ਹਜ਼ੂਰ, ਦੂਰ ਕਦੂ ਨਾ ਜਾਈ, ਉਹਨਾਂ ਤੋਂ ਮੈਂ ਦੂਰ ਨਹੀਂ ਹਾਂ। ਬਾਹਰ ਵੀ ਉਹ ਸਾਰੀ ਕਿਨਾਤ ਵਿੱਚੋਂ ਮੇਰੇ ਦਰਸ਼ਨ ਕਰਦੇ ਨੇ, ਆਪਦੇ ਜਦ ਅੰਦਰਾਤਮੇ ਨਿਗਾਹ ਮਾਲਦੇ ਨੇ, ਅੰਦਰੋਂ ਵੀ ਮੇਰੇ ਦਰਸ਼ਨ ਕਰਦੇ ਨੇ। ਪਰ ਹੈ ਬੜੀ ਔਖੀ ਵਸਤੂ, ਹਰੇਕ ਦਾ ਗੁਰਮੁਖੋ ਇੱਥੇ ਤੱਕ ਚਾਰਾ ਨਹੀਂ, ਹਰੇਕ ਦੀ ਇੱਥੇ ਤੱਕ ਹਿੰਮਤ ਨਹੀਂ ਬਣਦੀ, ਅੰਦਰੋਂ ਵੀ ਬਾਹਰੋਂ ਵੀ ਜਿਹੜਾ ਦੇਖ ਲਏ। ਨਾਰਦ ਕਹਿੰਦਾ, ਮਹਾਰਾਜ ਆਨੰਦ ਹੋ ਗਿਆ, ਬਸ ਮੈਂ ਤੁਹਾਡੀ ਕੁਦਰਤ, ਤੁਹਾਡੇ ਆਨੰਦ ਦਾ ਚਸ਼ਮਾ ਦੇਖ ਕੇ, ਕ੍ਰਿਸ਼ਮਾ ਦੇਖ ਕੇ ਮੇਰੇ ਅੰਦਰ ਖੇੜਾ ਬਣ ਗਿਆ, ਮੇਰਾ ਮਨ ਹੈਰਾਨ ਹੈ ਵੀ ਕੀ ਹੈ ਤੇਰੀ ਕੁਦਰਤ, ਕੀ ਹੈ ਤੇਰਾ ਆਨੰਦ ਅਸਾਂ ਦੀ ਬਾੜ ਦੇ।
ਤੀਜੇ ਸਲੋਕ ਵਿੱਚ ਮਹਾਂਪੁਰਖ ਪੜ੍ਹਦੇ ਹੁੰਦੇ, ਟੇਕ ਰੱਖ ਕੇ ਪੜ੍ਹਦੇ ਹੁੰਦੇ, ਹੇ ਸੱਚੇ ਪਾਤਸ਼ਾਹ ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ ਤੇਰੀ ਕੁਦਰਤ ਵੀ ਸੱਚੀ ਹੈ, ਤੂੰ ਆਪ ਵੀ ਸੱਚਾ ਹੈ, ਤੇਰੀ ਕੁਦਰਤ ਵਿੱਚ ਵੱਸ ਰਹੀ ਕੈਨਾਤ ਤੇਰੀ ਕਦਰ ਦੇ ਰਹਿਣ ਵਾਈ ਦੇ ਵਿੱਚ, ਤੇਰੇ ਨਾਮ ਦੇ ਅੰਦਰ, ਤੇਰੀ ਰਹਿਣ ਵਾਈ ਦੇ ਅੰਦਰ ਜਿੰਨੀ ਕੈਨਾਤ ਰਹਿੰਦੀ ਹੈ ਮਹਾਰਾਜ, ਉਹਨਾਂ ਦੇ ਚਿਹਰਿਆਂ 'ਤੇ ਮੈਂ ਜਦ ਨਿਗਾਹ ਮਾਰੀ, ਦਰਸ਼ਨ ਕੀਤੇ, ਸਾਰੇ ਚਿਹਰੇ ਸਾਰਿਆਂ ਦੇ ਹਿਰਦੇ ਤੇਰੇ ਤੋਂ ਬਿਨਾਂ ਕੋਈ ਖਾਲੀ ਨਹੀਂ, ਸਭ ਦੇ ਹਿਰਦਿਆਂ 'ਚ ਬੈਠੇ। ਉਹਦੇ ਮਹਾਂਪੁਰਖ ਕਹਿੰਦੇ ਹੁੰਦੇ, ਦਾਤਾ ਦੇਖ ਕੇ ਗੁਜ਼ਰਦਾਂ ਤੇਰੀਆਂ, ਮਨ ਵਿੱਚ ਮਾਦ ਹੋ ਗਿਆ, ਦੇਖ ਕੇ ਗੁਜ਼ਰਦਾਂ ਤੇਰੀਆਂ, ਮਨ ਵਿੱਚ ਮਾਦ ਹੋ ਗਿਆ। ਮੈਨੂੰ ਵਿਸਤਾਰ 'ਚ ਜਾਣ ਦਾ ਬੜਾ ਹੀ ਆਨੰਦਮਈ ਵਿਸ਼ਾ ਹੈ, ਪ੍ਰੇਮ ਦਾ ਹੈ, ਸ਼ਰਧਾ ਦਾ ਹੈ। ਨਾਰਦ ਜੀ ਨੂੰ ਬੜੇ ਪਿਆਰ ਦੇ ਨਾਲ ਭਗਵਾਨ ਦਾ ਹਜ਼ੂਰੀਆ ਜਾਣ ਕੇ, ਕੀਰਤਨੀਆਂ ਜਾਣ ਕੇ ਲੋਕ ਸਤਿਕਾਰ ਦਿੰਦੇ ਸੀ। ਕਿਸੇ ਪਰਿਵਾਰ ਨੇ ਬੇਨਤੀ ਕੀਤੀ, ਨਾਰਦ ਜੀ ਤੁਸੀਂ ਕੁੰਭ 'ਤੇ ਜਾਂਦੇ ਵੀ ਅਤੇ ਆਉਂਦੇ ਵੀ, ਸਾਡੇ ਘਰ ਠਹਿਰ ਕਰਦੇ ਹੋ, ਪ੍ਰਸ਼ਾਦਾ ਛਕਦੇ ਹੋ, ਸਾਨੂੰ 7-8 ਸਾਲ ਹੋ ਗਏ, ਸਾਡੇ ਘਰ ਸੰਤਾਨ ਨਹੀਂ, ਪੁੱਤਰ ਨਹੀਂ ਹੈ,
ਕਦੇ ਪਹਿਲਾਂ ਨਹੀਂ ਦੱਸਿਆ ਤੁਸੀਂ। ਚੰਗਾ ਮੈਂ ਜਾਣਾ ਭਗਵਾਨ ਦੇ ਦਰਗਾਹ ਵਿੱਚ ਜਾ ਕੇ ਅੱਜ ਤੁਹਾਡੀ ਬੇਨਤੀ ਕਰੂੰਗਾ। ਕਹਿੰਦੇ ਨਾਰਦ ਜੀ ਨੇ ਆ ਕੇ ਅੱਧਾ ਕੁ ਮੱਥਾ ਟੇਕਿਆ, ਅੱਧਾ ਕੁ ਨਹੀਂ, ਹੱਥ ਜੋੜ ਕੇ ਕਹਿੰਦਾ ਭਗਵਾਨ ਜੀ ਫਲਾਣਾ ਪਿੰਡ ਫਲਾਣੇ ਸੇਵਾਦਾਰ ਭਗਵਾਨ ਕਦੇ ਜਾਣਦਿਆਂ ਦੱਸ ਕੀ ਹੈ ਉਹਨਾਂ ਨੂੰ ਕੀ ਲੋੜ ਪੈਗੀ। ਕਹਿੰਦਾ ਮਹਾਰਾਜ ਉਹਨਾਂ ਦੇ ਘਰ ਸੰਤਾਨ ਨਹੀਂ, 8-10 ਸਾਲ ਹੋ ਗਏ ਉਹਨਾਂ ਦੇ ਸਾਜੀ ਸੁਧਾ ਹੋਏ ਨੂੰ ਵਿਆਹ ਕਾਰਜਾਂ ਦੇ ਵਿੱਚ ਗ੍ਰਿਸ਼ਟ ਸੰਬੰਧ ਵਿੱਚ, ਪਰ ਪੁੱਤਰ ਨਹੀਂ ਹੈ। ਭਗਵਾਨ 5-7 ਮਿੰਟ ਨੇਤਰ ਬੰਦ ਕਰਨ ਤੋਂ ਬਾਅਦ, ਮੌਨ ਰੱਖਣ ਤੋਂ ਬਾਅਦ ਬੋਲੇ, ਕਹਿੰਦੇ ਨਾਰਦ ਉਹਨਾਂ ਦੇ ਕਰਮਾਂ 'ਚ ਨਹੀਂ ਹੈ, 7 ਜਨਮਾਂ ਦੇ ਵਿੱਚ ਨਹੀਂ ਹੈ। ਬੋਲੋ ਸਤਨਾਮ। 7 ਜਨਮਾਂ ਦੇ ਵਿੱਚ ਉਹਨਾਂ ਦੇ ਕੋਲ ਪੁੱਤਰ ਨਹੀਂ ਹੋਣਾ। ਸਤਿਵਚਨ ਮਹਾਰਾਜ ਜੇ ਠਾਕੁਰ ਸੇ ਨਾ ਹੀ ਚਾਰਾ, ਉੱਥੇ ਤਾਂ ਫਿਰ ਨਮਸਕਾਰ ਹੀ ਬਣਦੀ ਹੈ ਨਾ। ਸਿਰੇ ਝੁਕਦਾ ਮਹਾਰਾਜ ਤੁਸੀਂ ਕਰਨ ਕਰਾਉਣ ਵਾਲੇ ਹੋ, ਜੋ ਤੁਹਾਡਾ ਹੁਕਮ ਹੈ ਸੱਤ ਹੈ। ਮੁੜ ਗਿਆ ਅਤੇ ਜਾ ਕੇ ਉਹਨਾਂ ਨੂੰ ਅਰਦਾਸ ਜਿਹਾ ਮਨ ਕਰਕੇ ਕਹਿਣ ਲੱਗਿਆ ਵੀ ਪ੍ਰੇਮੀਓ, ਮੈਂ ਤੁਹਾਡੀ ਅਰਦਾਸ ਕੀਤੀ ਸੀ, ਬੇਨਤੀ ਕੀਤੀ ਸੀ ਵੀ ਭਗਵਾਨ ਨੇ ਇਹ ਕਹਿੰਦਾ ਵੀ ਤੁਹਾਡੇ 7 ਜਨਮਾਂ 'ਚ ਤੁਹਾਡੇ ਕੁੱਲ ਵਿੱਚ ਪੁੱਤਰ ਨਹੀਂ ਹੈ। ਉਹ ਬੜੇ ਹੌਂਸਲੇ ਵਾਲੇ ਸੀ, ਕਹਿੰਦੇ ਨਾਰਦ ਜੀ ਕੋਈ ਗੱਲ ਨਹੀਂ, ਜੇ ਨਹੀਂ ਸਹੀ ਤਾਂ ਨਹੀਂ, ਤਾਂ ਤੁਸੀਂ ਸਾਡੇ ਘਰ ਆਉਂਦੇ ਰਹੋ, ਆਉਂਦੇ ਜਾਂਦੇ ਪ੍ਰਸ਼ਾਦਾ ਪਾਣੀ ਛੱਕ ਕੇ ਜਾਇਆ ਕਰੋ, ਕਿਤੇ ਹੱਟ ਨਾ ਜਾਇਓ। ਕਹਿੰਦੇ ਹੁਣ ਮੈਂ ਤੁਹਾਡੇ ਘਰ ਕੀ ਕਰਨਾ ਹੈ, ਤੁਸੀਂ ਮੈਨੂੰ ਇੱਕ ਸਵਾਲ ਪਾਇਆ ਸੀ ਉਹ ਮੇਰੇ ਤੋਂ ਪੂਰਾ ਨਹੀਂ ਹੋਇਆ। ਕਹਿੰਦੇ ਉੱਥੋਂ ਫਿਰ ਨਾਰਦ ਜੀ ਕੁੰਭ 'ਤੇ ਚਲੇ ਗਏ ਹਰਿਦੁਆਰ, 12 ਸਾਲ ਉੱਧਰੇ ਲੰਘ ਗਏ। ਆਪਣੇ ਮਹਾਂਪੁਰਸ਼ਾਂ ਵਰਗਾ ਕੋਈ ਸਾਧੂ ਫੱਕਰ ਫਕੀਰ ਅਲਮਸਤ ਬੇਤਾਲਾ ਕਹਿ ਦਿਓ, ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਉਹ ਪਿੰਡ ਵਿੱਚ ਹੀ ਲੰਘਿਆ, ਉਹ ਨਗਰ ਦੇ ਵਿੱਚ ਹੀ ਲੰਘਿਆ। ਅਤੇ ਗੁਰਮੁਖੋ ਉਹ ਪ੍ਰੇਮੀਆਂ ਦੇ ਘਰ ਕੋਲ ਦੀ ਆ ਕੇ ਉਹਨੇ ਇੱਕ ਵਾਂਗ ਦਿੱਤੀ, ਸਦ ਜਿਵੇਂ ਆਪਾਂ ਡਾਲੀ ਲੈਣ ਜਾਂਦੇ ਹਾਂ ਨਾ, ਕਹਿੰਦੇ ਸਤਿ ਕਰਤਾਰ ਭਾਈ ਹਰੇ ਓਮ, ਉਦਾਸੀ ਸਾਧੂ ਨਿਰਮਲੇ ਆਪਣੀ ਆਪਣੀ ਆਪਣੇ ਗੁਰਸਿੱਖ ਸਤਨਾਮ ਭਾਈ ਡਾਲੀ ਵਾਲੇ, ਉਹ ਗੁਰਸਿੱਖਾਂ ਨੂੰ ਆਪਾਂ ਦੇਖਦੇ ਹਾਂ ਜਿਹੜੇ ਪਿੰਡਾਂ ਜਾਂਦੇ ਨੇ, ਸਤਨਾਮ ਭਾਈ ਸਤਿ ਕਰਤਾਰ ਭਾਈ, ਅਸੀਂ ਉਹਦੀ ਕਹਿਣਾ ਵੀ ਡਾਲੀ ਪਾਓ ਭਾਈ ਗੁਰੂ ਘਰ ਤੋਂ ਸਿੰਘ ਆ ਗਿਆ। ਉਹਦਾ ਨਾਂ ਸੀ ਗੁਰਮੁਖੋ ਭਗਤ ਸੂਰਦਾਸ, ਅੱਖਾਂ ਤੋਂ ਮਨਾਖਾ ਦਿਖਦਾ ਨਹੀਂ, ਇੱਕ ਕਿੰਗ ਵਜਾ ਰਿਹਾ, ਤਾਰ ਵਜਾ ਰਿਹਾ, ਤਾਰ ਦਾ ਸਾਜ਼ ਜਿਹਨੂੰ ਆਪਾਂ ਤੰਤੀ ਸਾਜ਼ ਕਹਿੰਦੇ ਹਾਂ, ਉਹ ਤਾਰ ਵਜਾਉਂਦੇ ਵਜਾਉਂਦੇ ਉਹ ਪ੍ਰੇਮੀਆਂ ਦੇ ਵਾੜ ਵੀ ਦੇ ਲੰਘਣ ਲੱਗੇ। ਹੁਣ ਧਾਰਨਾ ਦਾ ਟਾਈਮ ਨਹੀਂ, ਕਿਉਂਕਿ 5 ਮਿੰਟ ਬਾਕੀ ਨੇ ਆਪਣੇ ਕੋਲ ਸਮਾਪਤੀ ਦੇ ਸਮੇਂ। ਦਾਸ ਬੜੇ ਪ੍ਰੇਮ ਦੇ ਨਾਲ ਮੈਂ ਕੋਸ਼ਿਸ਼ ਕਰਾਂ ਆਪਣੇ ਪ੍ਰਕਰਨ ਨੂੰ ਪੂਰਾ ਕਰਾਂ। ਉਹ ਜਾਂਦੇ ਜਾਂਦੇ ਉਹ ਗਲੀ ਦੇ ਵਿੱਚ ਕਹਿੰਦੇ ਜਾਂਦੇ ਨੇ, ਅੱਜ ਕੋਈ ਪ੍ਰਸਾਦ ਸੁਕਾਵੇ ਮਨ ਮੰਗੀਆਂ ਮੁਰਾਦਾਂ ਪਾਵੇ। ਉਹ ਬੀਬੀ ਦੇ ਕੰਨ 'ਚ ਆਵਾਜ਼ ਪਈ, ਉਹ ਬੀਬੀ ਨੇ ਆਵਾਜ਼ ਮਾਰੀ,
ਕਹਿਣ ਲੱਗੀ ਬਾਬਾ ਜੀ ਆ ਜਾਓ ਪ੍ਰਸ਼ਾਦਾ ਛਕ ਲਓ। ਕਹਿੰਦੇ ਭਾਈ ਦੇਹੜੀ ਦੇ ਅੰਦਰ ਜਾਣ ਦਾ ਹੁਕਮ ਨਹੀਂ, ਜੇ ਕੋਈ ਸ਼ਰਧਾ ਨਾਲ ਪ੍ਰਸ਼ਾਦਾ ਛਕਾਉਣਾ ਤਾਂ ਆਪਣੀ ਦੇਹੜੀ ਤੋਂ ਬਾਹਰ ਹੀ ਲਿਆ ਦੇ। ਉਹ ਮਾਈ ਨੇ ਚਾਰ ਪ੍ਰਸ਼ਾਦੇ ਉੱਪਰ ਕੜ ਸਾਹਿਬ ਕੋਈ ਸਬਜ਼ੀ ਭਾਜੀ ਦਾ ਰੱਖ ਕੇ ਦੇ ਲਓ ਮਹਾਰਾਜ ਛਕ ਲਓ। ਜਾਂਦੇ ਜਾਂਦੇ ਉਹਨਾਂ ਨੇ ਆਏ ਇੱਕ ਹੱਥ 'ਤੇ ਰੱਖ ਕੇ ਦੂਜੇ ਹੱਥ ਦੇ ਨਾਲ ਗਿਣ ਕੇ ਕਹਿੰਦੇ ਭਾਈ ਚਾਰ ਪੁੱਤਰ ਹੋਣਗੇ, ਚਾਰ ਪੁੱਤਰਾਂ ਦੀ ਦਾਤ ਦੇ ਕੇ 12 ਸਾਲ ਦੇ ਵਿੱਚ ਗੁਰਮੁਖੋ ਸਾਲ ਸਾਲ ਡੇਢ ਡੇਢ ਸਾਲ ਦੇ ਫਰਕ ਨਾਲ ਉਹ ਘਰ ਵਿੱਚ ਭਾਗ ਲੱਗ ਗਏ ਅਤੇ ਚਾਰ ਪੁੱਤਰ ਉਹ ਪ੍ਰੇਮੀ ਚਾਰੇ ਬੱਚਿਆਂ ਨੂੰ ਇੱਕ ਚੌਂਕੜੀ ਦੇ ਲਈ ਬੈਠੇ ਖੜਿਆ ਰਿਹਾ। ਨਾਰਦ ਜੀ ਲੰਘੇ ਉਹ ਘਰ ਤੋਂ ਆਏ ਪਰਾਂ ਨੂੰ ਮੂੰਹ ਕਰਕੇ ਲੰਘ ਗਏ, ਪਰ ਪਿੱਛੋਂ ਆਵਾਜ਼ ਮਾਰ ਲਈ ਕਹਿੰਦੇ ਨਾਰਦ ਜੀ ਲੰਘੇ ਕਿਉਂ ਜਾ ਰਹੇ ਹੋ? ਪਿੱਛੇ ਮੁੜ ਕੇ ਦੇਖਿਆ ਵੀ ਉਹੀ ਪ੍ਰੇਮੀ ਆ। ਕਹਿੰਦੇ ਆ ਭਾਈ ਪ੍ਰੇਮੀਆਂ ਸੁਣਾ ਕਿਵੇਂ? ਕਹਿੰਦੇ ਮਹਾਰਾਜ ਠੀਕ ਆ। ਆ ਬੱਚੇ ਕਿਹਦੇ ਨੇ? ਉਹ ਕਹਿਣ ਲੱਗਾ ਜੀ ਤੁਹਾਡੀ ਕਿਰਪਾ ਹੋ ਗਈ। ਕਹਿੰਦੇ ਦੋ? ਕਹਿੰਦੇ ਮੇਰਾ ਦੋ ਨਹੀਂ ਚਾਰ, ਦੋ ਸਾਹਮਣੇ ਖੇਡਦੇ ਨੇ। ਬੋਲੋ ਸਤਨਾਮ, ਦੋ ਸਾਹਮਣੇ ਖੇਡਦੇ ਨੇ। ਕਹਿੰਦੇ ਅੱਛਾ, ਤੈਨੂੰ ਤਾਂ ਭਗਵਾਨ ਜਵਾਬ ਦੇ ਗਈ ਸੀ ਵੀ ਉਹਨਾਂ ਦੇ ਘਰ ਵੀ ਤਾਂ ਸੱਤ ਜਨਮ ਪੁੱਤਰ ਦੀ ਜਾਤ ਨਹੀਂ, ਇਹ ਕੌਣ ਕਿਰਪਾ ਕਰ ਗਿਆ, ਕੌਣ ਕਹਿ ਗਿਆ? ਕਹਿੰਦੇ ਜੇ ਦਿੱਖ ਝਿੜੇ 'ਚ ਇੱਕ ਸਾਧੂ ਰਹਿੰਦਾ ਹੈ, ਇੱਕ ਮਹਾਂਪੁਰਸ਼ ਰਹਿੰਦਾ ਹੈ, ਉਹ ਮਹਾਂਪੁਰਸ਼ ਜਾਂਦੇ ਜਾਂਦੇ ਆਏ ਬਚਨ ਕਰਦੇ ਜਾਂਦੇ ਸੀ, ਅੱਜ ਕੋਈ ਪ੍ਰਸ਼ਾਦ ਚੁਕਾਵੇ ਮਨ ਮੰਗੀਆਂ ਮਰਾਦਾ ਪਾਵੇ। ਤੁਹਾਡੀ ਸੇਵਾਦਾਰਨੀ ਨੇ ਚਾਰ ਪ੍ਰਸ਼ਾਦੇ ਦਿੱਤੇ, ਉਹਨਾਂ ਨੇ ਕਹਿਤਾ ਵੀ ਚਾਰ ਪੁੱਤਰ ਹੋਣਗੇ। ਕਹਿੰਦੇ ਚੰਗਾ, ਫਿਰ ਖੜਿਆ ਮੈਂ ਪੁੱਛਦਾ ਭਗਵਾਨ ਨੂੰ ਜਾ ਕੇ ਵੀ ਭਗਵਾਨ ਤੂੰ ਵੀ ਇੰਨਾ ਝੂਠ ਬੋਲਦਾ, ਤੂੰ ਵੀ ਇੰਨਾ ਫਰੇਬ ਕਰਦਾ। ਭਗਵਾਨ ਦੀ ਕਚਹਿਰੀ ਵਿੱਚ ਜਾ ਕੇ ਨਾਰਦ ਲੋਹਾ ਲੱਖਾ ਜਿਹਾ ਹੋ ਕੇ ਮੱਥਾ ਟੇਕਿਆ, ਭਗਵਾਨ ਨੇ ਤੌਰ ਦੇਖ ਲਿਆ ਵੀ ਗਰਮ ਹੈ, ਥਰਮਾਮੀਟਰ ਤੇਜ਼ ਹੈ ਅੱਜ। ਭਗਵਾਨ ਨੇ ਸਾਧ ਸੰਗਤ ਦਿਲ 'ਤੇ ਹੱਥ ਰੱਖ ਕੇ ਕਿਹਾ, ਕਹਿੰਦੇ ਨਾਰਦ ਮੈਂ ਤਾਂ ਮਰਿਆ, ਤਿੰਨ ਵਾਰੀ ਕਿਹਾ ਮੈਂ ਮਰਿਆ। ਅਤੇ ਜਿਹੜਾ ਪਾਰਾ ਸੀ ਠੰਡਾ ਹੋ ਗਿਆ। ਕਹਿੰਦੇ ਮਹਾਰਾਜ ਕੀ ਹੋ ਗਿਆ? ਕਹਿੰਦੇ ਮੇਰਾ ਤਾਂ ਦਿਲ ਗਿਆ, ਹਾਰਟ ਅਟੈਕ ਕਹਿ ਦਿੰਦੇ ਆਪਾਂ ਅੱਜ ਕੱਲ੍ਹ। ਕਹਿੰਦੇ ਮੇਰਾ ਦਿਲ ਗਿਆ, ਕਿਸੇ ਦਾ ਦਿਲ ਲਿਆ ਕੇ ਪਾ ਦੇਗਾ ਮੈਂ ਬਚ ਜੂੰ? ਨਹੀਂ ਨਹੀਂ। ਕਹਿੰਦੇ ਲਿਆਓ ਮਤਲਬ ਕੋਈ ਛੁਰੀ ਲਿਆਓ, ਮੈਂ ਹੁਣ ਲਿਆਉਣਾ। ਮਾਇਆ ਪਾ ਦਿੱਤੀ ਮਾਈ, ਮਾਇਆ ਛਲ 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 ਵਿੱਚ ਘੇਰ ਲਿਆ, ਛਲ ਕਰਤਾ ਭਗਵਾਨ ਨੇ, ਭਜਾਤਾ ਪੁਰੀਆਂ 'ਚ। ਜਿੱਥੇ ਜਾਂਦਾ ਸਭ ਦੇ ਜਿੰਦੇ ਲੱਗੇ ਨੇ, ਸਭ ਸਾਧੂ ਬਾਹਰ ਉਹ ਜਗ੍ਹਾ 'ਤੇ ਆ ਗਿਆ ਜਿੱਥੇ ਸੂਰਦਾਸ ਜਿਹੜੇ ਜੰਗਲ ਵਿੱਚ ਤਪ ਕਰਦਾ, ਜਿੱਥੇ ਬੰਦਗੀ ਕਰਦਾ ਉੱਥੇ ਆ ਗਿਆ। ਅਤੇ ਉੱਥੇ ਆ ਕੇ ਆਵਾਜ਼ ਮਾਰੀ, ਹੈ ਕੋਈ ਰਾਮ ਪਿਆਰੋ ਗਾਵੇ, ਹੈ ਕੋਈ ਰਾਮ ਪਿਆਰੋ? ਅੰਦਰੋਂ ਜਵਾਬ ਆਇਆ ਸੂਰਦਾਸ ਜੀ, ਕਹਿੰਦੇ ਹੈਗਿਆ। ਨਾਰਦ ਕੀ ਚਾਹੁੰਦਾ? ਕਹਿੰਦੇ ਭਗਵਾਨ ਦਾ ਦਿਲ ਗਿਆ, ਦਿਲ ਪਾਉਣਾ ਲਿਜਾ ਕੇ। ਨਾਰਦ ਕਹਿੰਦੇ ਹਾਜ਼ਰ ਬੈਠਿਆ। ਸੂਰਦਾਸ ਜੀ ਕਹਿੰਦੇ ਹਾਜ਼ਰ ਬੈਠਿਆ, ਲਿਆ ਤੇਰੇ ਕੋਲ ਕੀ ਹੈ? ਕਹਿੰਦੇ ਸੁਰੀ ਪਕੜ ਕੇ ਜਦ ਆਪਣੇ ਦਿਲ ਵਿੱਚ ਲੱਗੇ ਮਾਰਨ, ਚਤੁਰਭੁਜੀ ਮੂਰਤ ਭਗਵਾਨ ਦੀ ਸਾਹਮਣੇ ਪ੍ਰਗਟ ਹੋ ਗਈ।
ਐਂ ਦੋਵਾਂ ਦੇ ਵਿਚਾਲੇ ਖੜ੍ਹੇ ਨੇ ਭਗਵਾਨ। ਕਹਿੰਦੇ ਕਿਉਂ ਨਾਰਦ? ਇੱਕ ਤਾਂ ਉੱਪਰੋਂ ਉੱਪਰੋਂ ਕੂਕਾ ਮਾਰ ਮਾਰ ਕੇ ਗਾਉਂਦਾ ਹੈ, ਇੱਕ ਅੰਦਰੋਂ ਪ੍ਰੇਮ ਵਿੱਚ ਗਾਉਂਦਾ ਹੈ। ਅਸੀਂ ਹੁਣ ਪ੍ਰੇਮ ਵਾਲੇ ਦੀ ਸੁਣੀਏ ਕਿ ਫਰੇਬ ਵਾਲੇ ਦੀ ਸੁਣੀਏ? ਰੱਬ ਹੈ ਨਾ ਜਿਹੜਾ, ਪਰਮੇਸ਼ਰ ਹੈ ਨਾ ਜਿਹੜਾ, ਉਹ ਪ੍ਰੇਮ ਵਾਲਿਆਂ ਨੂੰ ਪਸੰਦ ਕਰਦਾ ਹੈ, ਉਹ ਠੱਗੀਆਂ ਵਾਲਿਆਂ ਨੂੰ ਪਸੰਦ ਨਹੀਂ ਕਰਦਾ। ਉਹ ਆਹੀ ਸੰਤ ਪੜ੍ਹ ਕੇ ਇੱਕ ਵਾਰੀ ਆਪਾਂ ਪੜ੍ਹ ਕੇ ਫਿਰ ਸਮਾਪਤੀ ਕਰੀਏ। ਉਹ ਰੱਬ ਵਸ ਭਗਤਾਂ ਨੇ ਵੀ ਕੀਤਾ ਪ੍ਰੇਮ ਦੀਆਂ ਬਾਜ ਡੋਰੀਆਂ, ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਬਾਜ ਡੋਰੀਆਂ। ਸਤਸੰਗ ਜੀ ਬੜੇ ਪਿਆਰ 'ਚ ਬੜੇ ਸਤਿਕਾਰ 'ਚ ਹਾਜ਼ਰੀ ਲਵਾਈ ਹੈ। ਆਪ ਜੀ ਪ੍ਰਵਾਨ ਕਰਿਓ ਭੁੱਲ ਚੁੱਕ ਦੀ ਖਿਮਾ। ਅਗਲਾ ਜੋ ਸਮਾਂ ਹੈ ਜੋ ਇੱਥੇ ਫਤਿਹ ਬੁਲਾਉਣੀ ਹੈ, ਸਾਰੀ ਸੰਗਤ ਗੱਜ ਵੱਜ ਕੇ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।